ਵਿਦਿਆਰਥੀ ਦੀ ਬੇਟੀ ਦਾ ਜਬਰੀ ਧਰਮ ਤਬਦੀਲ ਕਰਨ ਦਾ ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧ। ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਦੀ ਬੇਟੀ ਦਾ ਧਰਮ ਤਬਦੀਲ ਕਰਨ ਤੇ ਨਿਕਾਹ ਕਰਾਉਣ ਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਵਿਰੋਧ ਜਤਾਇਆ। ਇਸ ਸੰਬੰਧੀ ਕੁਝ ਵੀਡੀਓਜ ਵੀ ਸੋਸ਼ਲ ਮੀਡੀਆ ਤੋਂ ਵਾਇਰਲ ਹੋਈਆਂ ਹਨ ਤੇ ਇੱਕ ਵੀਡੀਓ ਵਿੱਚ ਇਹ ਕੁੜੀ ਆਪਣੀ ਮਰਜ਼ੀ ਨਾਲ ਮੁਸਲਿਮ ਨੌਜਵਾਨ ਨਾਲ ਨਿਕਾਹ ਕਰਨ ਅਤੇ ਧਰਮ ਬਦਲ ਦਾ ਦਾਅਵਾ ਕਰ ਰਹੀ ਹੈ। ਵਾਇਰਲ ਵੀਡੀਓ ਵਿੱਚ ਜਗਜੀਤ ਕੌਰ ਆਪਣੀ ਮਰਜ਼ੀ ਨਾਲ ਨਿਕਾਹ ਕਰਨ ਅਤੇ ਆਪਣਾ ਨਾਂ ਐਸ਼ਾ ਵਜੋਂ ਤਬਦੀਲ ਕਰਨ ਬਾਰੇ ਦੱਸ ਰਹੀ ਹੈ। ਕੁੜੀ ਨੇ ਆਪਣੀ ਰਜਾਮੰਦੀ ਪ੍ਰਗਟਾਈ ਅਤੇ ਮੁਹੰਮਦ ਹੁਸੈਨ ਜ਼ੁਲਫਕਾਰ ਨਾਲ ਉਸਦਾ ਨਿਕਾਹ ਹੋ ਗਿਆ। ਕੁੜੀ ਨੇ ਦੱਸਿਆ ਕਿ ਉਹ ਬਾਲਗਾ ਹੈ ਤੇ ਆਪਣੀ ਮਰਜ਼ੀ ਨਾਲ ਘਰੋਂ ਆਈ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਜਗਜੀਤ ਕੌਰ ਪਿਛਲੇ 2 ਦਿਨਾਂ ਤੋਂ ਆਪਣੇ ਘਰੋਂ ਚਲੀ ਗਈ ਸੀ। ਪਰਿਵਾਰ ਨੇ ਇਸ ਸੰਬੰਧੀ ਥਾਣਾ ਨਨਕਾਣਾ ਸਾਹਿਬ ਵਿੱਚ ਦਰਖਾਸਤ ਦਿੱਤੀ ਸੀ। ਅੱਜ ਉਸਦੀ ਨਿਕਾਹ ਸੰਬੰਧੀ ਵੀਡੀਓ ਵਾਇਰਲ ਹੋਣ ਮਗਰੋਂ ਸਿੱਖਾਂ ਵਿੱਚ ਰੋਸ ਪਾਇਆ ਜਾ ਰਿਹਾ। ਜਗਜੀਤ ਕੌਰ ਦੇ ਭਰਾ ਸੁਰਿੰਦਰ ਸਿੰਘ, ਮਨਮੋਹਨ ਸਿੰਘ ਅਤੇ ਉਸਦੇ ਪਿਤਾ ਦੀ ਵਾਇਰਲ ਹੋਈ ਵੀਡੀਓ ਵਿੱਚ ਦੋਸ਼ ਦੱਸਿਆ ਗਿਆ ਕਿ ਕੁੜੀ ਦਾ ਜਬਰੀ ਧਰਮ ਤਬਦੀਲ ਕੀਤਾ ਗਿਆ ਤੇ ਮਗਰੋਂ ਨਿਕਾਹ ਕਰਾਇਆ ਗਿਆ। ਉਹਨਾਂ ਦੱਸਿਆ ਕਿ ਰਾਤ ਵੇਲੇ ਕੁਝ ਅਣਪਛਾਤੇ ਵਿਅਕਤੀ ਉਹਨਾਂ ਦੇ ਘਰ ਆਏ ਤੇ ਜਗਜੀਤ ਕੌਰ ਨੂੰ ਜਬਰੀ ਚੁੱਕ ਕੇ ਲੈ ਗਏ। ਇਹਨਾਂ ਵਿਅਕਤੀਆਂ ਨੇ ਪਰਿਵਾਰ ਨੂੰ ਧਮਕਾਇਆ ਜੋ ਉਹਨਾਂ ਪੁਲਿਸ ਦਰਖਾਸਤ ਵਾਪਸ ਨਾ ਲਈ ਤਾਂ ਉਹਨਾਂ ਨੂੰ ਵੀ ਮੁਸਲਿਮ ਧਰਮ ਅਪਣਾਉਣਾ ਪਵੇਗਾ। ਲੜਕੀ ਨੂੰ ਧਮਕੀ ਦਿੱਤੀ ਕਿ ਜੇ ਉਸਨੇ ਨਿਕਾਹ ਨਾ ਕੀਤਾ ਤਾਂ ਉਸਦੇ ਪਿਤਾ ਦੇ ਭਰਾ ਦਾ ਕਤਲ ਕਰ ਦਿੱਤਾ ਜਾਵੇ। ਪੀੜਤ ਪਰਿਵਾਰ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਕੁੜੀ ਵਾਪਸ ਕੀਤੀ ਜਾਵੇ। ਜੇ 31 ਅਗਸਤ ਤੱਕ ਨਿਆਂ ਨਾ ਮਿਲਿਆ ਤਾਂ ਉਹਨਾਂ ਦਾ ਪਰਿਵਾਰ ਗਵਾਨਾਂ ਦਾ ਉਸਦੇ ਸਾਹਮਣੇ ਆਪਣੇ ਆਪ ਨੂੰ ਅੱਗ ਲਾ ਕੇ ਦੱਸ ਲਏਗਾ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਨ ਨੇ ਦੱਸਿਆ ਕਿ ਪ੍ਰਧਾਨ ਗੋਬਿੰਦਪਾਲ ਸਿੰਘ ਲੌਂਗੋਵਾਲ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਹਨਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਵਿਵਾਦ ਦੇ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਤੁਰੰਤ ਬੰਦ ਕੀਤਾ ਜਾਵੇ ਤੇ ਕਿਸੇ ਦਾ ਜਬਰੀ ਧਰਮ ਤਬਦੀਲ ਨਾ ਕੀਤਾ ਜਾਵੇ। ਉਹਨਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ ਤੇ ਸਿੱਖ ਪਰਿਵਾਰ ਨੂੰ ਨਿਆਂ ਦਵਾਇਆ ਜਾਵੇ। ਬੇਟਾ ਕੀ ਨਾਮ ਹੈ ਆਪਕਾ? ਆਪ ਨਾਮ ਕਿਆ ਰੱਖਾ ਹੈ? ਇਸਲਾਮੀ ਨਾਮ ਆਇਸ਼ਾ। ਆਪਨੇ ਆਪਣੀ ਮਰਜ਼ੀ ਸੇ ਇਸਲਾਮ ਕਬੂਲ ਕੀਆ ਨਾ? ਜੀ। ਕੋਈ ਜ਼ਬਰਦਸਤੀ ਤੋ ਨਹੀਂ? ਨਹੀਂ। ਅੱਛਾ, ਨਿਕਾਹ ਵੀ ਆਪ ਆਪਣੀ ਮਰਜ਼ੀ ਸੇ ਕਰ ਰਹੇ ਹੋ ਨਾ? ਕੋਈ ਜ਼ਬਰਦਸਤੀ ਤੋ ਨਹੀਂ? ਬੇਟਾ ਏਜ ਕਿਤਨੀ ਆਪਕੀ? 19 ਸਾਲ। ਅੱਛਾ, ਘਰ ਸੇ ਕੋਈ ਚੀਜ਼ ਤੋ ਨਹੀਂ ਲੈ ਕੇ ਆਏ? ਕੋਈ ਜ਼ੇਵਰ ਵਗੈਰਾ ਜਾਂ ਕੋਈ ਕੀਮਤੀ ਚੀਜ਼? ਨਹੀਂ। ਕੋਈ ਕੀਮਤੀ ਕਾਗਜ਼ਾਤ ਵਗੈਰਾ? ਨਹੀਂ। ਦੋਨੋਂ ਪੜ੍ਹੇ? ਬਿਸਮਿਲਲਾਹਿ ਰਹਿਮਾਨਿ ਰਹੀਮ। ਬਿਸਮਿਲਲਾਹਿ ਰਹਿਮਾਨਿ ਰਹੀਮ। ਇਲਾਹ ਮੁਹੰਮਦ ਰਸੂਲੁਲ੍ਲਾਹ। ਅਸ਼ਹਦੁ ਅੱਲਾ ਇਲਾਹਾ ਇਲ੍ਲਾਹੁ ਵਹਦਹੁ ਲਾ ਸ਼ਰੀਕ ਕਲਹੁ ਵਅਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵਰਸੂਲੁ। ਆਇਸ਼ਾ ਦਫ਼ਤਰ ਭਗਵਾਨ ਸੀ। ਆਪ ਆਕਿਲ ਹੈਂ, ਬਾਲਿਗ ਹੈਂ, ਰੂਬਰੂ ਗਵਾਹੋਂ ਕੇ ਵਾਸਤੇ ਹਲਾਲੀਅਤ ਕੇ ਜ਼ੋਜੀਅਤ ਕੇ ਆਪਕਾ ਨਿਕਾਹ ਮੁਹੰਮਦ ਹਸਾਨ ਵਲ ਜ਼ੁਲਫਕਾਰ ਅਲੀ ਕੇ ਸਾਥ 50,000 ਰੁਪਏ ਹੱਕ ਮਹਿਰ ਗੈਰ ਮੁਅੱਜਲ ਔਰ 5,000 ਰੁਪਏ ਹੱਕ ਮਹਿਰ ਮੁਅੱਜਲ ਕੇ ਵਜ਼ ਨਿਕਾਹ ਕਰਨੇ ਦੀ ਇਜਾਜ਼ਤ ਹੈ? ਆਇਸ਼ਾ ਦਫ਼ਤਰ ਭਗਵਾਨ ਸਿੰਘ, ਆਪ ਆਕਿਲ ਹੈਂ, ਬਾਲਿਗ ਹੈਂ, ਰੂਬਰੂ ਗਵਾਹੋਂ ਕੇ ਵਾਸਤੇ ਹਲਾਲੀਅਤ ਕੇ ਜ਼ੋਜੀਅਤ ਕੇ ਆਪਕਾ ਨਿਕਾਹ ਮੁਹੰਮਦ ਹਸਾਨ ਵਲ ਜ਼ੁਲਫਕਾਰ ਅਲੀ ਕੇ ਸਾਥ 50,000 ਰੁਪਏ ਹੱਕ ਮਹਿਰ ਗੈਰ ਮੁਅੱਜਲ 5,000 ਰੁਪਏ ਹੱਕ ਮਹਿਰ ਮੁਅੱਜਲ ਕੇ ਵਜ਼ ਨਿਕਾਹ ਕਰਨੇ ਦੀ ਇਜਾਜ਼ਤ ਹੈ? ਆਇਸ਼ਾ ਦਫ਼ਤਰ ਭਗਵਾਨ ਸਿੰਘ, ਆਪ ਆਕਿਲ ਹੈਂ, ਬਾਲਿਗ ਹੈਂ, ਰੂਬਰੂ ਗਵਾਹੋਂ ਕੇ ਵਾਸਤੇ ਹਲਾਲੀਅਤ ਕੇ ਜ਼ੋਜੀਅਤ ਕੇ ਆਪਕਾ ਨਿਕਾਹ ਮੁਹੰਮਦ ਹਸਾਨ ਵਲ ਜ਼ੁਲਫਕਾਰ ਅਲੀ ਕੇ ਸਾਥ 50,000 ਰੁਪਏ ਹੱਕ ਮਹਿਰ ਗੈਰ ਮੁਅੱਜਲ ਔਰ 5,000 ਰੁਪਏ ਹੱਕ ਮਹਿਰ ਮੁਅੱਜਲ ਕੇ ਵਜ਼ ਨਿਕਾਹ ਕਰਨੇ ਦੀ ਇਜਾਜ਼ਤ ਹੈ? ਮੁਹੰਮਦ ਹਸਾਨ ਵਲ ਜ਼ੁਲਫਕਾਰ ਅਲੀ, ਆਪ ਆਕਿਲ ਹੈਂ, ਬਾਲਿਗ ਹੈਂ, ਰੂਬਰੂ ਗਵਾਹੋਂ ਕੇ ਵਾਸਤੇ ਹਲਾਲੀਅਤ ਕੇ ਜ਼ੋਜੀਅਤ ਕੇ ਆਪਕਾ ਨਿਕਾਹ ਆਇਸ਼ਾ ਦਫ਼ਤਰ ਭਗਵਾਨ ਸਿੰਘ ਕੇ ਸਾਥ 50,000 ਰੁਪਏ ਹੱਕ ਮਹਿਰ ਗੈਰ ਮੁਅੱਜਲ ਔਰ 5,000 ਰੁਪਏ ਹੱਕ ਮਹਿਰ ਮੁਅੱਜਲ ਕੇ ਵਜ਼ ਨਿਕਾਹ ਕਰਨੇ ਕਬੂਲ ਹੈ? ਮੁਹੰਮਦ ਹਸਾਨ ਵਲ ਜ਼ੁਲਫਕਾਰ ਅਲੀ, ਆਪ ਆਕਿਲ ਹੈਂ, ਬਾਲਿਗ ਹੈਂ, ਰੂਬਰੂ ਗਵਾਹੋਂ ਕੇ ਵਾਸਤੇ ਹਲਾਲੀਅਤ ਕੇ ਜ਼ੋਜੀਅਤ ਕੇ ਆਪਕਾ ਨਿਕਾਹ
आयशा दुख्तर भगवान सिंह के साथ 50,000 रुपये हक मेर गैर मुज्जल और 5,000 रुपये हक मेर मुज्जल के वज़ निकाह कर दें, कबूल है? हाँ। मोहम्मद हसन वल जुल्फकार अली आप आकिल हैं? वाहे गुरु खालसा, वाहे गुरु की फतेह। मेरा नाम मनमोहन सिंह है, ये मेरा पापा है और ये मेरा भाई है। जो कल लड़की हवा गई थी वो मेरी सिस्टर है जगजीत कौर, उसको कल जबरदस्ती हवा गई थी, उसको धमकियाँ दी थी, अगर आप इस्लाम कबूल नहीं करोगे तो आपके पापा और आपके भाई को दोनों को गोली मार दूंगा। कल उसको जबरदस्ती इस्लाम भी कबूल कर दिया। तो मेरा इमरान खान से चीफ आर्मी कमर जावेद बाजवा से अपील है कि हमारी मदद करे, जी वापस लेके आए, ठीक है? कि कल ऐसा ना हो कि कल कॉरिडोर पे या कश्मीरी पे इस तरह कोई बात आ जाए। ਕੀ ਪਾਕਿਸਤਾਨੀ ਸਿੱਖਾਂ ਨੂੰ ਵੀ ਪਾਕਿਸਤਾਨ ਵਿੱਚ ਮੁਸਲਮਾਨ ਕੁੜੀਆਂ ਨਾਲ ਵਿਆਹ ਦਾ ਹੱਕ ਹੈ? ਅੱਜ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਪਾਕਿਸਤਾਨ ਵਾਸਤੇ ਸਿੱਖਾਂ ਦੀਆਂ ਕੁੜੀਆਂ ਨਾਲ ਮੁਸਲਮਾਨਾਂ ਦੇ ਮੁੰਡੇ ਨਿਕਾਹ ਕਰਵਾ ਚੁੱਕੇ ਹਨ। ਪ੍ਰਭਾਵ ਇਹ ਦਿੱਤਾ ਜਾਂਦਾ ਹੈ ਕਿ ਕੁੜੀ ਦੀ ਮਰਜ਼ੀ ਵੀ ਸੀ, ਇਸੇ ਕਰਕੇ ਨਿਕਾਹ ਹੋਏ, ਕੋਈ ਜ਼ਬਰਦਸਤੀ ਨਹੀਂ ਹੋਈ, ਕਿਸੇ ਸਿੱਖ ਲੜਕੀ ਨੂੰ ਅਗਵਾ ਨਹੀਂ ਕੀਤਾ ਗਿਆ। ਕੁੜੀਆਂ ਦੇ ਮਾਪੇ ਰੋਂਦੇ ਕਲਪਦੇ ਥੱਕ ਹਾਰ ਕੇ ਘਰੇ ਬਹਿ ਜਾਂਦੇ ਹਨ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ, ਜਾਂ ਇੰਝ ਆਖ ਲਓ ਕਿ ਉਹਨਾਂ ਦੀ ਮੁਸਲਮਾਨਾਂ ਦੇ ਮੌਲਵੀਆਂ ਅੱਗੇ ਕੋਈ ਪੇਸ਼ ਨਹੀਂ ਚੱਲਦੀ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਵਿੱਚ ਸਿੱਖਾਂ ਦੀਆਂ ਸਿਰਫ ਕੁੜੀਆਂ ਹੀ ਨਹੀਂ, ਉਹਨਾਂ ਦੇ ਪੁੱਤਰ ਵੀ ਹਨ। ਕੀ ਪ੍ਰੇਮ ਦਾ ਭਾਵ ਸਿਰਫ ਮੁਸਲਮਾਨ ਮੁੰਡੇ ਤੇ ਸਿੱਖਾਂ ਦੀ ਕੁੜੀ ਵਿਚਾਲੇ ਜਾਗਦਾ? ਕੀ ਪ੍ਰੇਮ ਦਾ ਭਾਵ ਪਾਕਿਸਤਾਨ ਵਾਸਤੇ ਸਿੱਖਾਂ ਦੇ ਮੁੰਡੇ ਤੇ ਮੁਸਲਮਾਨਾਂ ਦੀਆਂ ਕੁੜੀਆਂ ਵਿਚਾਲੇ ਨਹੀਂ ਜਾਗਦਾ ਹੋਵੇ, ਜਾਂ ਉਹ ਕੁਦਰਤੀ ਤੌਰ ਤੇ ਇਸ ਪ੍ਰੇਮ ਜਾਂ ਇਸ਼ਕ ਦੇ ਸਾਹ ਤੋਂ ਕੋਰੇ ਹੀ ਹੁੰਦੇ ਹਨ? ਜੇ ਕਿਸੇ ਪਾਕਿਸਤਾਨੀ ਸਿੱਖ ਨੌਜਵਾਨ ਦਾ ਮੁਸਲਮਾਨ ਕੁੜੀ ਨਾਲ ਇਸ਼ਕ ਹੋਵੇ ਤਾਂ ਉਹ ਉਸ ਲੜਕੀ ਨੂੰ ਘਰੋਂ ਭਜਾ ਕੇ ਉਹਦੇ ਨਾਲ ਆਨੰਦ ਕਾਰਜ ਕਰਵਾ ਲਏ, ਤਾਂ ਕਿ ਮੁਸਲਮਾਨ ਇਹ ਦਲੀਲ ਦੇਣਗੇ ਕਿ ਤਾੜੀ ਦੋਵਾਂ ਹੱਥਾਂ ਨਾਲ ਵੱਜੀ ਆ, ਅਸੀਂ ਇਸ ਵਿਆਹ ਨੂੰ ਮਨਜ਼ੂਰੀ ਦਿੰਦੇ ਹਾਂ? ਕੋਈ ਵੀਰੇ ਸਬੂਤ ਦੇਵੇ ਕਿ 1947 ਤੋਂ ਬਾਅਦ ਅੱਜ ਤੱਕ ਕਿੰਨੀਆਂ ਪਾਕਿਸਤਾਨ ਕੁੜੀਆਂ ਨੇ ਸਿੱਖਾਂ ਦੇ ਮੁੰਡਿਆਂ ਨਾਲ ਵਿਆਹ ਕਰਵਾਏ ਹਨ, ਚਾਹੇ ਉਹ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਹੋਏ ਹੋਣ ਜਾਂ ਘਰੋਂ ਭੱਜ ਕੇ ਹੋਏ ਹੋਣ? ਸ਼ਾਇਦ ਕੋਈ ਸਬੂਤ ਨਾ ਮਿਲੇ ਕਿ ਮੁਸਲਮਾਨ ਸਿੱਖਾਂ ਦੀਆਂ ਕੁੜੀਆਂ ਆਪਦੇ ਘਰ ਵਸਾ ਤਾਂ ਸਕਦੇ ਹਨ, ਪਰ ਕਿਸੇ ਪਾਕਿਸਤਾਨੀ ਸਿੱਖ ਦੇ ਘਰੇ ਆਪਦੀ ਧੀ ਵਸਦੀ ਕਦੇ ਮਨਜ਼ੂਰ ਨਹੀਂ ਕਰ ਸਕਦੇ। ਮੁਸਲਮਾਨਾਂ ਦੀ ਇੱਕੋ ਸ਼ਰਤ ਹੈ ਕਿ ਜੇ ਕਿਸੇ ਸਿੱਖ ਦੀ ਕੁੜੀ ਨੇ ਮੁਸਲਮਾਨ ਮੁੰਡੇ ਨਾਲ ਵਿਆਹ ਕਰਵਾਇਆ ਤਾਂ ਉਹ ਮੁਸਲਮ ਧਰਮ ਅਪਣਾਵੇ, ਜੇ ਕਿਸੇ ਗੈਰ ਧਰਮੀ ਨੇ ਮੁਸਲਮਾਨ ਕੁੜੀ ਨਾਲ ਵਿਆਹ ਕਰਾਉਣਾ ਤਾਂ ਉਹ ਪਹਿਲਾਂ ਮੁਸਲਮਾਨ ਬਣੇ। ਪਰ ਕੀ ਕਦੇ ਕਿਸੇ ਮੁਸਲਮਾਨ ਮੁੰਡੇ ਦੇ ਪਿਓ ਨੇ ਆਪਣੇ ਮੁੰਡੇ ਨੂੰ ਕਿਹਾ ਹੋਵੇਗਾ ਕਿ ਤੂੰ ਸਿੱਖਾਂ ਦੀ ਕੁੜੀ ਨਾਲ ਵਿਆਹ ਕਰਵਾਉਣਾ ਹੈ ਤੂੰ ਵੀ ਸਿੱਖ ਬਣ ਜਾ, ਜਾਂ ਜਿਹੜੇ ਸਿੱਖ ਪਰਿਵਾਰ ਦੀ ਕੁੜੀ ਨਾਲ ਕੋਈ ਮੁਸਲਮਾਨ ਵਿਆਹ ਕਰਵਾ ਲੈਂਦਾ ਤਾਂ ਉਹ ਸਿੱਖ ਪਰਿਵਾਰ ਇਹ ਆਖਣ ਦੀ ਹਿੰਮਤ ਰੱਖਦਾ ਹੋਵੇ ਕਿ ਜੇ ਸਾਡੀ ਕੁੜੀ ਨਾਲ ਵਿਆਹ ਕਰਾਉਣਾ ਤਾਂ ਪਹਿਲਾਂ ਸਿੱਖ ਧਰਮ ਧਾਰਨ ਕਰ, ਪਰ ਮੁਸਲਮਾਨਾਂ ਨੂੰ ਪਾਕਿਸਤਾਨ 'ਚ ਸਭ ਮਾਫ਼ ਹੈ। ਹਾਲੇ ਕੱਲ੍ਹ ਦੀ ਗੱਲ ਹੈ ਜਦੋਂ ਜਗਜੀਤ ਕੌਰ ਨਾਮ ਲੜਕੀ ਦਾ ਵਿਆਹ ਮੁਸਲਮਾਨ ਮੁੰਡੇ ਨਾਲ ਕਰਵਾ ਦਿੱਤਾ ਗਿਆ, ਜਿਹੜਾ ਮੌਲਵੀ ਕੁੜੀ ਕੋਲੋਂ ਪੁੱਛ ਰਿਹਾ ਸੀ ਤੂੰ ਆਪਣੀ ਮਰਜ਼ੀ ਨਾਲ ਇਸਲਾਮ ਧਾਰਨ ਕੀਤਾ, ਤੂੰ ਘਰੋਂ ਕੋਈ ਚੀਜ਼ ਤਾਂ ਨਹੀਂ ਲਿਆਈ, ਉਹ ਮੌਲਵੀ ਇਹ ਵੀ ਆਖ ਸਕਦਾ ਇੱਕ ਪੁੱਤਰ ਤੇਰੇ ਪਰਿਵਾਰ ਦੀ ਸਹਿਮਤੀ ਬਿਨਾਂ ਮੈਂ ਇਹ ਵਿਆਹ ਨਹੀਂ ਕਰਵਾ ਸਕਦਾ, ਪਹਿਲਾਂ ਉਹਨਾਂ ਨੂੰ ਬੁਲਾਓ। ਪਰ ਮੌਲਵੀ ਇਹ ਕਿਉਂ ਆਖਦਾ ਕਿ ਉਹਨਾਂ ਦੇ ਜਾਲ 'ਚ ਤਾਂ ਇੱਕ ਹੋਰ ਨਵਾਂ ਸਰਕਾਰ ਫਸ ਰਿਹਾ ਸੀ? ਇੱਕ ਖਾਸ ਗੱਲ ਨੋਟ ਕਰਿਓ, ਜੇ ਪਾਕਿਸਤਾਨ ਵਿੱਚ ਵਾਕਿਆ ਸਿੱਖਾਂ ਦੀਆਂ ਕੁੜੀਆਂ ਦੇ ਮੁਸਲਮਾਨ ਦੇ ਮੁੰਡਿਆਂ ਨਾਲ ਪ੍ਰੇਮ ਵਿਆਹ ਹੁੰਦਿਆਂ ਤਾਂ ਕੋਰਟ ਵਿੱਚ ਜਾ ਕੇ ਆਪਣਾ ਨਿਕਾਹ ਕਿਉਂ ਨਹੀਂ ਕਰਵਾਉਂਦੇ? ਉਹ ਸਿੱਧਾ ਮੌਲਵੀਆਂ ਦੀ ਸ਼ਰਨ ਵਿੱਚ ਕਿਉਂ ਜਾਂਦੇ ਹਨ? ਕਿਉਂਕਿ ਕੋਰਟ ਵਿੱਚ ਇੱਕ ਧੱਕਾ ਨਹੀਂ ਚੱਲ ਸਕਦਾ, ਪਰ ਮੌਲਵੀ ਤਾਂ ਖੁਦ ਅਗਵਾ ਕਰਨ ਦਾ ਸਾਥ ਦਿੰਦੇ ਹਨ, ਕੁਛ ਗੱਲਾਂ ਕਰਕੇ ਨਿਗਾਹ ਪੜਾ ਦਿੰਦੇ ਹਨ ਤੇ ਸਿੱਖ ਕੁੜੀ ਦਾ ਜੀਵਨ ਹਮੇਸ਼ਾ ਵਾਸਤੇ ਬਰਬਾਦ ਕਰ ਦਿੰਦੇ ਹਨ। ਹਰਪਾਲ ਸਿੰਘ ਅੰਮ੍ਰਿਤਸਰ। ਇਹ ਸਾਰੀ ਖਬਰ ਹਰਪਾਲ ਸਿੰਘ ਜੀ ਵੱਲੋਂ ਲਿਖੀ ਗਈ ਹੈ, ਇਹੀ ਤੁਹਾਡੇ ਅੱਗੇ ਅਸੀਂ ਪੇਸ਼ ਕਰ ਰਹੇ ਹਾਂ। ਇਹ ਸਾਡੇ ਆਪਣੇ ਸ਼ਬਦ ਨੇ, ਹਰਪਾਲ ਸਿੰਘ ਵੱਲੋਂ ਹੀ ਭੇਜੇ ਗਏ ਸ਼ਬਦ। ਜੋ ਪਾਕਿਸਤਾਨ ਕੇ ਅੰਦਰ ਬੇਟੀ ਕੇ ਸਾਥ ਜਬਰਨ ਉਸਕਾ ਧਰਮ ਬਦਲਨੇ ਕੀ ਬਾਤ ਕੀ ਗਈ, ਉਸਕੋ ਅਗਵਾ ਕੀਆ ਹੁਆ ਹੈ, ਕਿਡਨੈਪ ਕਰਨੇ ਕੇ ਬਾਅਦ ਉਸਕਾ ਨਾਮ ਬਦਲਾ ਗਿਆ, ਧਰਮ ਬਦਲਾ ਗਿਆ, ਜਬਰਨ ਉਸਸੇ
शादी की निकाह कराया गया, उसके लिए हम जगजीत कौर बेटी के लिए जो कि वहाँ के हेड जज सचिवानंद साहब उनकी बच्ची है, हमने आज विदेश मंत्रालय में अभी ये मुलाकात की और उनको ये जानकारी दी। हमने उनको एक पत्र भी दिया जिसमें हमने बताया कि किस तरह वहाँ से उनको दुर्दशा की जा रही है। बेटी के पिता भगवंत सिंह जी ने, बेटी के भाई मनमोहन सिंह जी से मैंने व्यक्तिगत तौर पर बातचीत की, दोनों ने मुझे बताया कि हमारे साथ बहुत ज्यादती की जा रही है, हमारी बेटी को घर से अर्ली मॉर्निंग अगवा करके ले गए, किडनैप करके ले गए, उसको ये कहकर धमकाया गया कि ये तेरे पिता को और तेरे भाई को मार दिया जाएगा। और अभी अभी ये भी पता चला उनके माध्यम से कि जो कोई दावते कोई एक क्या नाम है दावत थे कुछ जमात उल दावा जमात उल दावत या दावे जो भी जो उनके एक हार्डलाइनर्स की संस्था है हाफिज सईद से वो संबंध रखती है, उसमें वो लड़का जो है उसका वो एक मेन कंड्यूट है। हमने ये सारी बातें मंत्रालय को बताई। सदारनी हरसिमरत कौर बादल जो कि हमारे मिनिस्टर हैं केंद्र की सरकार में, उन्होंने हमारी ये बातचीत करके हमारी यहाँ मुलाकात करवाई। सदारनी हरसिमरत कौर बादल ने विदेश मंत्रालय से भी बात, विदेश मंत्री जी से भी बात की है और हमें मंत्रालय ने भी अश्योर किया है कि वो आज ही पाकिस्तान के अपने काउंटर पार्ट से इस इशू को टेक ओवर करेंगे। जो सबसे इम्पोर्टेंट इशू है जो वहाँ के फॉर्मर प्रेजिडेंट हैं मस्तान सिंह जी, जो वहाँ पंजाबी काउंसिल के मेम्बर भी हैं, उन्होंने जो अपना खदशा बताया कि उनको बहुत खतरा है वहाँ सिखों को, वो अपनी बच्चियों को बेटियों को स्कूल कॉलेज नहीं भेज पा रहे क्योंकि बच्चियों को अगवा कर लिया जाता है, जबरन उनका धर्म बदलाव शादी की जाती है जबरन उनसे, इसको लेके वहाँ के सिख बड़े चिंतित हैं। आज गुरुद्वारा ननकाना साहिब के अंदर सुबह मीटिंग हुई, उन सबसे मैं संपर्क में था। आज हम सब लोगों ने मिलकर ये तय किया है, सरकार को अल्टीमेटम दिया है 5 बजे तक आज शाम पाकिस्तान के टाइम 5 बजे तक, इंडियन टाइम 5:30 बजे तक, या तो वो लड़की वापस की जाएगी, नहीं तो कल जो लाहौर के अंदर इंटरनेशनल काउंसिल की मीटिंग होने जा रही है गवर्नर हाउस में, उसके खिलाफ हमारे सारे पाकिस्तान के सिख प्रदर्शन करेंगे। हम जोरदार प्रदर्शन पाकिस्तान की धरती पर करेंगे और दुनिया भर के सिखों से मैं ये अपील करना चाहता हूँ, इंग्लैंड के जो मेंबर पार्लियामेंट है उनसे अपील करना चाहता हूँ, कनाडा के मिनिस्टर और मेंबर पार्लियामेंट से, ऑस्ट्रेलिया के मेंबर पार्लियामेंट से, न्यूजीलैंड के सिख मेंबर पार्लियामेंट से, मैं सबसे अपील करना चाहता हूँ, ये विषय मानवता के खिलाफ है, ये विषय अब केवल एक किसी मुल्क का नहीं रह गया बल्कि मानवता का विषय है, ये एक सबसे बड़ा एक जो क्राइम है अगेंस्ट ह्यूमैनिटी, ये बहुत बड़ा एक अपराध है मानवता के खिलाफ, इसके लिए सबको एकजुट होना चाहिए। हमने देश के प्रधानमंत्री जी से भी आग्रह करते हैं, देश के विदेश मंत्री जी से भी, और हम कल जो यूनाइटेड नेशंस का यहाँ पे ऑफिस है, जो माइनॉरिटीज़ और जो जातियाँ होती हैं उनके खिलाफ उन्होंने अपना एक स्पेशल विंग बना रखा है, हम आज उनसे संपर्क कर रहे हैं, कल हम उनसे भी मिलेंगे और उनको भी एक हम अपना ज्ञापन देंगे कि सिख वहाँ खतरे में हैं और यूएन जो है इसके ऊपर खास तौर पर उन लोगों की बात को सुने। सरकार ने ये आश्वासन दिया है कि आज ही
सरकार ने हमें आश्वासन दिया है कि तुरंत ही वो अपने काउंटर पार्ट पाकिस्तान गवर्नमेंट से बात कर रहे हैं। उन्होंने हमें यह भी बताया कि कल ऑलरेडी जब इशू हमने उनके ध्यान में लाए थे, उन्होंने बताया कि उन्होंने तुरंत जो एक्टिंग यहाँ की हाई कमीशन है ऑलरेडी उनसे ही बातचीत के संपर्क में है कल से ही, और आज भी हाईएस्ट लेवल पर वो बातचीत करेंगे, और जो हमारे खतरे हैं, जो हमारी उन्होंने हमें उनको चिट्ठी हमने दी है, वो सारे के ऊपर चर्चा करेंगे और इंश्योर करेंगे कि वो बच्ची जो है वो तुरंत वापस लौटाई जाए। देखो उस परिवार की वीडियो जी आई आ, मनमोहन सिंह उन्होंने पिता भगवान सिंह उन्होंने दूसरे ब्रदर जी उन्होंने खदशा जाहिर किया है, मैं उस खदशे को भी हल्के च नहीं लै सकता क्योंकि वह मौजूद उत्थे ने, उन्होंने हालात का मेरे तो ज़्यादा बेहतर पता है। मैनू भी जापता कि कितने ऐसे नहीं कि करतारपुर साहब के कोरीडोर में लैके कोई ऐसे हालात बनाने की कोशिश की जा रही हो। हालांकि मैं पूरा यकीन आ कि गुरु नानक देव के घर में जाने वाला कोरीडोर किसी भी सूरत अंदर नहीं रोकया जा सकता क्योंकि देश के प्रधानमंत्री खुद इस लैके चिंतित ने और उन्होंने खुद का यह प्रोजेक्ट है, इस करके इस कोई रोक नहीं पाएगा। पर मैं खदशा जरूर आ जो उस परिवार ने गल कही आ कि कारण आ कि अज के हालात के अंदर एज मॉडर्न एज के अंदर जो उस बेटी अगवा किया जाता है, जबरन वह धर्म बदलिया जाता है, जबरन इस्लाम कबूल कराया जाता है, वह नाम बदलिया जाता और निकाह करने की गल की जाती है, और जी वीडियो पाई गई आ तुम देखे होगा कि बेटी कितनी दहशत अंदर आ, किसी का विआह हो रहा होना चाह चढ़िया आता है पर एक बच्ची आ जी दहशत अंदर आ। इस करके अज सवेरे जी मीटिंग हुई सी उस तो बाद तय किया गया कि या तो शाम के 5:30 बजे तक पाकिस्तान इंडियन टाइम और 5 बजे पाकिस्तान टाइम तक वो कुड़ी वापस करेंगे, नहीं तो कल फिर लाहौर अंदर जी उन्होंने पंजाबी मीट हो जा रही है वो खिलाफ़ गवर्नर के बाहर घर के बाहर साढ़े उतों ने पाकिस्तान के सिख जोरदार प्रदर्शन करेंगे ताकि सरकार दूसरी सरकार दी अखा खोलिया जा सके। थैंक यू सर।